जिता जियो पिंड सब तेरा, तू अंतर जामी पुरख भगवान, दासनो दास कह जन नानक, जेहा तू कराई तेहा हों करी वखियान। धन वाहिगुरु साहिब जियो, बिन सतगुर जग परम पुलाया, हर का महल ना पाया राम, गुरमुखे एक मेल मलाया, तिनके दुख गवाया राम, तिनके दुख गवाया जा हर मन पाया, सदा गावहि रंग राती, हर के भगत सदा जन निर्मल, जुग जुग सद ही जाते, साची भगत करही दर जापे, घर दर सचा सोई, नानक सचा सुहिला सचा, सच बाणी शब्दे ही सुख होई, नानक सचा सुहिला सचा, सच बाणी शब्दे ही सुख हो। चबर शतर तख दे मालक साहिब श्री गुरु ग्रंथ साहिब महाराज सच्चे पातशाह जी दी पावन पवित्र हजूरी दे विच जुड़ बैठे गुरु प्यारियो, आप बड़े ही धनता दे योग हो। साहिबा दी पावन बाणी सुनण समझण दे लई आपां गुरु पातशाह जी दे पावन चरणा दा आसरा तकदे हां। पातशाह भला करन मेहर करन, असी अपनी सुरत नूं फुरनिया तों वादू दे ख्यालां तों रहित करके गुरमत दा उपदेश दृढ़ कर सके। आओ जो आपां अज दा शब्द गैन कीता है, इसी ही पावन बंद शब्द दे अंदर गुरदेव पातशाह ने की जिक्र कीता, उस नूं आपां गुरु तों पुछांगे। बाणी दी विचार आरंभ करन तों पहलां आपस विच गुरफते दी सांझ पाउणी, सब ने बोलना जी आखियो, वाहिगुरु जी का खालसा वाहिगुरु जी की फतेह। सतगुरु पातशाह जी ने अज दे पावन उपदेश विच
ਜ਼ਿਕਰ ਕੀਤਾ ਬਿਨ ਸਤਿਗੁਰ ਜਗ ਭਰਮ ਭੁਲਾਇਆ। ਪਾਤਸ਼ਾਹ ਨੇ ਗੁਰੂ ਕੇ ਉਪਦੇਸ਼ ਦੇ ਵਿੱਚੋਂ ਸਾਨੂੰ ਬੜਾ ਸੋਹਣਾ ਗਿਆਨ ਬਖਸ਼ਿਸ਼ ਕੀਤਾ ਗਾ। ਜੇ ਮਨੁੱਖ ਸਮਝੇ ਤਾਂ ਪਾਤਸ਼ਾਹ ਜੀ ਕਹਿੰਦੇ ਨਾ, ਬਿਨਾਂ ਸਤਿਗੁਰ ਤੋਂ ਜਗਤ ਆ ਜਿਹੜਾ ਭਾਈ ਇਹ ਭਰਮ ਦੇ ਵਿੱਚ ਫਸਿਆ ਹੋਇਆ। ਬਿਨ ਸ਼ਬਦ ਸਭ ਜਗ ਬਹੁਰਾਨਾ, ਸ਼ਬਦ ਤੋਂ ਬਿਨਾਂ ਪੂਰੇ ਦਾ ਪੂਰਾ ਜਗਤ ਕੁਝ ਕੁ ਰੱਬੀ ਪਿਆਰਿਆਂ ਨੂੰ ਛੱਡ ਕੇ ਬਾਕੀ ਸਭ ਹੀ ਭਾਈ ਭਟਕਣਾ ਦੇ ਵਿੱਚ ਫਸੇ ਹੋਏ ਨੇ। ਕੀ ਛੋਟਾ ਤੇ ਕੀ ਵੱਡਾ, ਮਾਇਆ ਮਮਤਾ ਮੋਹਣੀ ਜਿਨ ਬਿਨ ਤਨ ਤਾਂ ਜਗ ਖਾਇਆ। ਇਸ ਸੰਸਾਰ ਦੇ ਵਿੱਚ ਸਾਰਿਆਂ ਤੇ ਆਪਣਾ ਡੰਗ ਚਲਾ ਗਿਆ। ਮਾਇਆ ਮਮਤਾ ਮੋਹਣੀ, ਜਿਸ ਮਨ ਨੂੰ ਮੋਹਣ ਵਾਲੀ ਮਾਇਆ ਨੇ ਪੂਰੇ ਜਗਤ ਨੂੰ ਆਪਣੇ ਜੀਵਨ ਦੇ ਵਿੱਚ ਗਲਸ ਲਿਆ ਹੈ। ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾ ਜਗ ਖਾਇਆ। ਮਨਮੁਖ ਖਾਧੇ, ਮਨਮੁਖਾਂ ਨੂੰ ਖਾ ਗਈ। ਗੁਰਮੁਖ ਉਭਰੇ, ਉਭਰੇ ਤੋਂ ਭਾਵ ਵਚ ਜਾਣਾ, ਮਨਮੁਖਾਂ ਨੂੰ ਖਾ ਗਈ ਤੇ ਗੁਰਮੁਖ ਵਚ ਗਏ। ਮਨਮੁਖ ਖਾਧੇ, ਗੁਰਮੁਖ ਉਭਰੇ, ਜਿੰਨੀ ਸੱਚ ਨਾਮ ਚਿੱਤ ਲਾਇਆ, ਜਿਨ੍ਹਾਂ ਨੇ ਸੱਚੇ ਉਪਦੇਸ਼ ਨਾਲ ਗਿਆਨ ਦੇ ਨਾਲ ਆਪਣਾ ਚਿੱਤ ਜੋੜਿਆ। ਇੱਥੇ ਸਰੀਰ ਦੀ ਗੱਲ ਨਹੀਂ ਵੀ ਸਰੀਰ ਜੋੜਿਆ, ਜਿਨ੍ਹਾਂ ਨੇ ਆਪਣਾ ਚਿੱਤ ਜੋੜਿਆ ਸੱਚੇ ਨਾਮ ਦੇ ਨਾਲ, ਜਿੰਨੀ ਸੱਚ ਨਾਮ ਚਿੱਤ ਲਾਇਆ। ਤੇ ਫਿਰ ਇੱਥੇ ਕੀ ਕਿਹਾ ਪਾਤਸ਼ਾਹ ਨੇ, ਕਹਿੰਦੇ ਬਿਨ ਸਤਿਗੁਰ ਜਗ ਭਰਮ ਭੁਲਾਇਆ। ਸੱਚੇ ਸਤਿਗੁਰ ਤੋਂ ਬਿਨਾਂ, ਗਿਆਨ ਤੋਂ ਬਿਨਾਂ, ਸੱਚੇ ਨਾਮ ਤੋਂ ਬਿਨਾਂ ਜਗਤ ਭਾਈ ਭੁਲੇਖਿਆਂ ਦਾ ਸ਼ਿਕਾਰ ਹੋ ਗਿਆ, ਇਹ ਭਟਕਣਾ ਦੇ ਵਿੱਚ ਫਸ ਗਿਆ। ਹੁਣ ਇੱਥੇ ਪਾਤਸ਼ਾਹ ਨੇ ਅੱਗੇ ਗੱਲ ਨੂੰ ਵਧਾਉਂਦਿਆਂ ਕਿਹਾ, ਕਹਿੰਦੇ ਭੁਲੇਖਿਆਂ ਦਾ ਸ਼ਿਕਾਰ ਹੋਇਆ ਬੰਦਾ ਭਟਕ ਰਿਹਾ, ਥਾਂ ਥਾਂ ਤੇ ਠੋਕਰਾਂ ਖਾ ਰਿਹਾ, ਤਕਲੀਫਾਂ ਝੱਲ ਰਿਹਾ ਗਾ। ਤੇ ਅਗਲੀ ਗੱਲ, ਜਿਹੜਾ ਹੁਣ ਇਸ ਭਟਕਣਾ ਤੋਂ ਬਚ ਗਿਆ, ਭਰਮ ਭੁਲੇਖੇ ਤੋਂ ਬਚ ਗਿਆ, ਭਰਮ ਤੋਂ ਬਚ ਗਿਆ ਨਾ, ਭੁਲੇਖਿਆਂ ਦਾ ਸ਼ਿਕਾਰ ਨਹੀਂ ਹੋਇਆ, ਜਿਨ੍ਹਾਂ ਨੇ ਆਪਣਾ ਮਨ ਸੱਚੇ ਨਾਮ ਨਾਲ ਜੁੜ ਲਿਆ, ਜਿੰਨੀ ਸੱਚ ਨਾਮ ਚਿੱਤ ਲਾਇਆ, ਜਿਨ੍ਹਾਂ ਨੇ ਆਪਣਾ ਮਨ ਸੱਚੇ ਨਾਮ ਨਾਲ ਚਿੱਤ ਜੋੜ ਲਿਆ, ਪਾਤਸ਼ਾਹ ਜੀ ਕਹਿੰਦੇ ਉਹ ਬਚ ਗਏ ਭਾਈ। ਉਹਨਾਂ ਦੇ ਜੀਵਨ ਵਿੱਚ ਉਹਨਾਂ ਨੂੰ ਐਸਾ ਇੱਕ ਰੂਹਾਨੀਅਤ ਉਹ ਪਾਤਸ਼ਾਹ ਨੇ ਮਹੱਲ ਬਖਸ਼ਿਆ ਗਾ, ਇੱਕ ਘਰ ਬਖਸ਼ਿਆ ਉਹਨਾਂ ਨੂੰ, ਇੱਕ ਘਰ ਦੇ ਵਿੱਚ ਰਹਿਣ ਦੀ ਇਜਾਜ਼ਤ ਮਿਲ ਗਈ, ਇੱਕ ਉਹਨਾਂ ਨੂੰ ਘਰ ਵਿੱਚ ਰਹਿਣ ਦਾ ਸੋਹਣਾ ਵਕਤ ਮਿਲ ਗਿਆ। ਉਹ ਕਿਹੜਾ ਘਰ ਹੈ ਉਹ ਆਪਾਂ ਗੁਰੂ ਨੂੰ ਪੁੱਛਾਂਗੇ। ਵੈਸੇ ਉਸ ਘਰ ਦੇ ਸੰਬੰਧੀ ਪਾਤਸ਼ਾਹ ਨੇ ਬਾਣੀ ਵਿੱਚ ਬਹੁਤ ਕੁਛ ਲਿਖਿਆ ਹੈਗਾ, ਤੇ ਨਹੀਂ ਹਰ ਇੱਕ ਮਨੁੱਖ ਨੇ ਭਰਮ ਭਟਕਣਾ ਦੇ ਵਿੱਚ ਫਸ ਕੇ ਆਪਣੇ ਜੀਵਨ ਨੂੰ ਜਿਸ ਸਮੇਂ ਦੇ ਵਿੱਚ ਰੱਖ ਰਿਹਾ ਗਾ, ਜਿਸ ਸਮੇਂ ਦੇ ਰਾਹੀਂ ਇਹ ਬਤੀਤ ਕਰ ਰਿਹਾ ਨਾ, ਇਹਨੇ ਉਨੇ ਕੀ ਦੇਰੇ ਨੂੰ ਆਪਣੇ ਆਪ ਨੂੰ ਬਹੁਤ ਵੱਡਾ ਮੰਨ ਲਿਆ। ਕੂਪ ਭਰਿਓ ਜੈਸੇ ਦਾਦਰਾ, ਕਛ ਦੇਸ਼ ਵਿਦੇਸ਼ ਨਾ ਬੂਝ। ਜੇ ਤਾਂ ਗੁਰੂ ਦੇ ਆਖੇ ਲੱਗ ਗਏ, ਪਾਤਸ਼ਾਹ ਕਹਿੰਦੇ ਫਿਰ ਤਾਂ ਵਾਹਿਗੁਰੂ ਨੇ ਸਾਨੂੰ ਇੱਕ ਘਰ ਦਿੱਤਾ। ਹੁਣ ਇੱਥੇ ਸਰੀਰਕ ਮਕਾਨ ਦੀ ਗੱਲ ਨਹੀਂ, ਜਿਹੜੇ ਵਿੱਚ ਸਰੀਰ ਰਹਿੰਦਾ ਨਾ ਉਹ ਮਕਾਨ, ਉਹ ਘਰ ਦੀ ਗੱਲ ਨਹੀਂ। ਇੱਥੇ ਘਰ ਕਿਹੜਾ ਗਾ ਉਹ ਵਾਹਿਗੁਰੂ ਨੇ ਗੁਰਬਾਣੀ ਦੇ ਵਿੱਚ ਸਾਨੂੰ ਦੱਸਣਾ ਵੀ ਉਹ ਘਰ ਕਿਹੜਾ ਗਾ, ਤੇ ਨਹੀਂ ਸਾਡੀ ਮਤ ਦੇ ਮੁਤਾਬਕ ਅਸੀਂ ਇੰਨੇ ਕੁ ਦਾਇਰੇ ਦੇ ਵਿੱਚ ਸੁੰਗੜ ਕੇ ਰਹਿ ਗਏ। ਜਿਵੇਂ ਕਿ ਐਗਜ਼ਾਮਪਲ ਉਦਾਹਰਣ ਪਾਤਸ਼ਾਹ ਨੇ ਇਹ ਦਿੱਤੀ ਹੈ ਦ੍ਰਿਸ਼ਟਾਂਤ, ਕਹਿੰਦੇ ਕੂਪ ਭਰਿਓ ਜੈਸੇ ਦਾਦਰਾ, ਕਛ ਦੇਸ਼ ਵਿਦੇਸ਼ ਨਾ ਬੂਝ। ਜਿਵੇਂ ਖੂਹ ਦਾ ਡੱਡੂ ਖੂਹ ਦੇ ਵਿੱਚ ਰਹਿੰਦਾ ਹੋਇਆ,
अपने आप नूं मन्नी बैठा कहिंदा जिस दुनिया विच मैं रहना ना बस यही सब तो वड्डी दुनिया इदू अगे कुछ नहीं है। इत्थे पहला वेखना पऊ आपां नूं भी जिन्ना रब्बी प्यारिया ने गुरु की पावन बाणी नूं उचारण कीता लिखिया उन्हां ने पशु पंछी जीवां ते उदाहरणां देण तों पहलां किन्नी मेहनत कीती होणी आ। आपां उन्नी मेहनत नहीं, आपां तां केवल उन्हां दे लिखे हुए बोलां नूं पढ़ के अंदाजा लाउणे आ। आपां प्रैक्टिकल रूप दे विच नहीं वेखदे। हुण इह जिहड़ा शब्द आपां पढ़िया ना, चलो वाहिगुरू भला करे, इह शब्द आ भगत रविदास जी दा। भगत रविदास जी का जिहड़ा जीवन हैगा वह जुड़िया हुआ किरत नाल, काम दे नाल, इक वाहिगुरु परमेश्वर दे नाल, नाम नाल। हुण जदों भगत रविदास जी का ध्यान परमात्मा नाल, उहदा शरीर किरत नाल जुड़िया हुआ, तो उन्हां दे दिमाग विच इह फुरने इह ख्याल क्यों ते किवें बने इह वेखणा आपां। हुण इत्थों सिद्ध नहीं हुंदा वी उह केवल एक दायरे विच रहण वाले लोक ने, नहीं भाई, उह तां अपने मालक वल्लों बख्शिश कीते हुए शुद्ध स्वरूप सुरत रूपी घर दे विच उड़ारियां मार रहे ने। उड़ारियां इस तरीके नाल मारदे ने जिस भी जगह ते जांदिआं उहनां ने अपने वल्लों अपने आप नूं रोकिआ, उत्थे खड़ के ही रब दा शुकर कीता। उन्हां दे जीवन विच जो उन्हां ने अपनियां अखां नाल वेख्या, जो सुनिया, उहदे मुताबक कोमलता दा जन्म अपने जीवन दे विच पैदा कीता, फिर कोमलता दे विचों विवेकता दा जन्म होया। उन्हां दे जीवन दी गाथा, पहलां कोमलता भाव अंदर दा निम्रता वाला सुभा, ते दूजा निम्रता वाले कोमलता वाले सुभा दे विच्चों फिर विवेक ने जन्म लेता, सियाणप ने जन्म लेता, फिर उन्होंने कोमलता दे विच्चों विवेक नूं जन्म दवा के वह विवेक बुद्धि दे राही जिथे भी जाते सी उथे जाके ही वह कुछ ना कुछ सीखते ने ते अपनी डायरी दे विच नोट कर लेते ने। फिर वह डायरी बाबे नानक दे हाथ लगी आ, भाव बाबे नानक ने फिर उन्हां दी गुरबाणी उन्हां दे उपदेश नूं गुरु की बाणी विच लेके आंदा। मेरे कहण तों भाव जे भगत रविदास जी खूह दे नेड़े खड़े आ ना, उन्हां दा जीवन आ कोमल, कोमलता विचों विवेकता ने जन्म ले लिया, सियाणप ने। उन्होंने अपनी सियाणप दे सदका खूह कोले खड़ के ते खूह दे विच रहण वाले डड्डुआं नूं अपने कन्नां दे नाल सुनिया। हुण साडी कमजोरी की आ, वेखणा दा पैणा ना भी साडे विच कोमलता किते नेड़े नहीं है, ना ही सियाणप है। हाँ ठीक है, असीं चलाक हुशियार बहुत ज्यादा हाँ, साढ़े जिन्ना कोई चलाक नहीं हो सकता गा, पर सियाणा सियाणप नहीं है। हुण सियाणप सियाणापण वह किस गल विच आ, दुनिया दे बोल तां हर कोई सुणदा, रब दे प्यारिआं दे बोल, रब दी रजा विच रहण वालिआं दे बोल सुनणे, इह सियाणप दा काम आ। समझ गए ना, आप कल भी एक पॉइंट लिता सी ना भी साडी दुनिया दे विच एक गल नूं सत थाई लै जाओ, दस थाई लै जाओ, वह गल बदल के कुछ होर ही बन जाती आ। ये साडी कमजोरी आ, ये साडी हुशियारी आ, ये साडी चलाकी आ। सियाणप जो आप रोजाना गुरु की पावन बाणी विच पढ़ते हैं, बाणी च की पढ़ते हैं, अपना अरदास विच देख के अणडिठ कीता, गुरबाणी च तो इदे लिखे ना भी भाव मनुखी जीवन का भाव पाखा वेसा रब्बी प्यारियां दा, ओ कई बार ना किसी की बचा जान बचाउण दे लई देखे हुए नूं भी अणडिठा कर दिंदे नेगे। मतलब असी अरदास रोजाना करते हैं, सुनते भी हाँ, पर वह अरदास दे विच इक पॉइंट लेके उहदे विच आपां सिक्ख्या लैणी आ, देख के अणडिठ कीता। पर अज मेरा सुभा तुहाडा सुभा सब दा सुभा की आ, देख के अणडिठ नहीं, देख के जग जहर कीता।
फिर इत्थे पातशाह जी कहिंदे कदे विवेकता नहीं आ सकती। विवेकता दे विचों भाव उन्हां लोकां ने फिर खूब च रहण वाले डड्डूआं ते तरस खा के ना जदों ओह बोले उन्हां दी आवाज़ नूं सुणिआ। हुण डड्डू तां अपने आम ही बोली जांदे घरां च, तां कोई वड्डी गल नहीं है वी डड्डू बोलदे, आपां वी नहीं सुणे होणे गे, सुणे ने पर उन्हां रब दे प्यारियां दा डड्डूआं दी आवाज़ नूं सुणन दा इक लहजा आगाज़ आ जिहड़ा वक्खरा सी। सुणिआ ना उन्हां ने, की सुणिआ वी डड्डू बोलदा कहिंदा मैं इस खूह विच राजा, इदू गांह होर कोई दुनिया नहीं है भाई, बस जिथे आपां रहि रहे आ ना यही सब तों वड्डी दुनिया। जो ये गल सुनी है फिर भगत रविदास जी ने उदाहरण दिती है गुरबाणी दे विच, भाव उदाहरण की दिती है, कूप कूप भाव खूह, कूप भरियो जैसे दादरा, दादरा डड्डू, कश देश विदेश ना बूझ, कहिंदे ओह बेचारे कहिंदे इसे देश दे विच ही सब कुछ है, होर किते कोई देश नहीं है, कश देश विदेश ना बूझ ऐसे मेरा मन, फिर वह डड्डूआं तों सिख्या लेके अपने मन ते लिआंदी आ, मेरा मन भी इवें आ, मेरा मन भी इउं ही आ, भाव किवें आ जिवें खूह दे डड्डू दा सुभाग आ। हुण खूह दे डड्डू दा सुभाग आपां सुण लिया, मन किहो जिहा, ऐसे मेरा मन बिखिया बे मोहिया, कछ आरा पार ना सूझ, आरा पार भाव आसे पासे बारे मैं भी नहीं कुछ जानदा, मैनू भी की आ बस सब तो सियाणा, सब तो चलाक, सब तो होशियार, सब तो अमीर, सब तो बड़ा, सब तो ज्ञानवान वध, बस मैं आ, होर तां दुनिया उहीं तुरी फिरदी आ। बस हुण साडी मत नूं किस चीज़ नाल कंपैरिजन कीता गा, डड्डू दे नाल कर दिता, डड्डू दी मत ते बंदे दी मत इक्को ही आ। भगत रविदास ने यह बोल बोले ने। इत्थे गुरु साहब कहिंदे फिर जिहड़ा बंदा भाई रब दे प्यारियां वांग इदां जीवां दे कोलों कुछ सिखदा ना ते होरां नूं वंडदा सिखाउंदा गा, फिर पातशाह जी कहिंदे ओह अपने जीवन दे विच असली घर तक पहुंच सकदा है। ओह असली घर किहड़ा है? थिर घर वैसो हर जन प्यारे, थिर घर, थिर भाव जिथे तू टिक के बैठ जावे। हुण टिकाउणा शरीर नूं नहीं गा, शरीर ने तां कम करना, हाथ पाँव सब काम चीत नरंजन नाल, शरीर ने तां चल के नानक पातशाह दरबार विच भी आउणा, इत्थों चल के घरे भी जाना, घर दे काम भी करने ने, कोई दुकानदारी, खेती, सरकारी गैर सरकारी ड्यूटी, जो भी किसी का फर्ज आ वह अपना फर्ज निभा रहा गा। शरीर ने तो भजना नठना है, इनू तो बनाई किरत वास्ते है, वाहिगुरु परमात्मा ने काम करन वास्ते अपना ते होला होरां दा भला करन वास्ते, पर टकाउणा किस चीज़ नूं? अपने मन नूं टकाउणा। थिर घर वैसो उस घर दे विच बाबे नानक ने बहाउणा। एक गल इत्थे नोट करियो, बाबे नानक तो बिना वाहिगुरु भला करे, शायद हो सकता बाबे नानक नालों गुरु नालों तुहाडे दिमाग विच कोई वड्डा बाबा होवे, वो आपां नहीं कह सकते क्योंकि साडे दिमाग विच बड़े ने, कोई लाला वाला, कोई नरेकोटलिया, कोई भंडारा वाला, कोई आसू राम, पता नहीं किन्ने किन्ने गे, किन्नियां कहिंदे असीं चिराग लाउणे आ, किन्नियां कि नूं असीं मन्नी बैठे आ, किन्नियां कि नूं असीं अपने जीवन नाल जोड़, वो रब नूं पता गा जां खुद नूं पता, जिहड़ा बंदा अजिही कर्म किरिया करदा गा, किन्नियां कि नूं असीं अपने अंदर दिमाग दे विच थां देई बैठे आगे। तां पातशाह जी कहिंदे नहीं, एक तो बिना होर नूं थां नहीं मिलनी चाहीदी, एक तो बिना दूजे नूं कोई, बस हर इक सदा है अमर, इको हर चित धर, एक दे नाल ही भाव असीं जुड़ के रहना, एक दे हुक्म नूं सुन के मनना है, बाकी सब कुछ रब दे प्यारे ने रद्द कर दिता। रब दे प्यारे तां फिर रजो तमो सतो गुण, रज तम सत गुण कही है, ये सब माया। गुरु पातशाह जी कहिंदे गुणा दे अधीन चलण वाला माया दे विच फसिया वी, आपां कल वी पॉइंट लैता सी, कोई नहीं बच सकिया गा। हुण इत्थे गुरु साहब जी कहिंदे फिर ओह आ अपने अंदर दे फुरनिया नूं शुद्ध ते साफ करना, उहनूं कहा जांदा गा अपने अंतर आत्मे ही टिक जाणा। वाहिगुरु भला करे, शायद जिहड़ी अज दी विचार आ, माफ करना वी साडे ध्यान विच ना आवे, तां जे ना आई ना जरूर पुछ लिओ जिहड़ी गल अज गुरु बाबा नानक तीजे रूप च कह रिहा वी, अपने आप विच टिकणा, कोई स्पैशल घर विच नहीं टिकणा गा, भी कोई स्पैशल घर, कोई स्पैशल थां, कोई स्पैशल जगह उत्थे जाके नहीं, अपने आप विच टिकना। फिर पातशाह जिक्र की कीता, कहिंदे जगत पूरे दा पूरा भटकणा दे विच आ, कोई नहीं टिक रहा हैगा,
कोई भी अपने आप विच नहीं टिक रहा गा। हुण अपने आप विच की टिकना गा, सियाने बन के अपने दिमाग तो वादू फुरनियां दा बोझ ला के, वादू सुरत तो ना ख्यालां दा बोझ ला के, फिर असी अपनी सुरत नूं साफ कर सकदे आ, अपनी सुरत नूं फिर साफ कर सकते हैं। नहीं सुरत साफ नहीं, सुरत गंदली हुई पई साडी। हुण चेता रखो तुसी सारे, आपां अमृत वेले उठदे हां, कोई अद्धा घंटा 20 मिंट रब जी दा शुकर करदे हां, धन्नवाद करदे हां, उहदे गुण गाउंदे हां। इह गल ध्यान च रखियो वी जदों आपां वाहिगुरू दा सिमरन करदे हां ना, जिन्ना भी वक्त अपने कोल है, अपने वक्त दे दौरान एक गल खास ध्यान रखियो उहदे विच भी उस टाइम ते अपने दिमाग विच परमात्मा दी कोई शकल नहीं हुंदी, वो रब जी दा कोई स्पैशल स्वरूप नहीं बनदा गा। जीव कह रही है वाहिगुरु 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 वाहिगुरु, जिहड़ी सुरता वो जिहड़ा साडे जीवन दे विच साडे सब तो नेड़े आ, उत्थे तुरे फिरदा गा। सुरत उत्थे उहदे नाल गल्लां करी जांदी हैगी। मान लो अपनी किसी नाल दुश्मनी आ, हुण मन आ जिहड़ा उहदे कोले वग गया, अज की बणू, अज थाने जाणा, पंचायत जाणा, बच्चा नलायक है, सुरत उधर वग गई। मतलब जिहड़ा साडे मन दे सब तो नजदीक आ, किसी नूं असीं शरीरक तल ते रिश्तेदार भैण भाई मित्र प्यारे उहनां नूं प्यार करदे आ, सुरत उहनां कोले वग गई। जे साडा ध्यान खाण पीण जुड़िया हुआ है ना, लीड़े कपड़े जुड़िया हुआ, जवान बोल रही है वाहिगुरु वाहिगुरु वाहिगुरु, पर सुरत खाण पीन हंडाउण विच तुरी फिरदी आ। यही साखी बाबे नानक दे जीवन च आउंदी है ना। ते हुण काजी कहिंदा मैं नवाज पढ़ांगा, ते मौके दा राजा उह कहिंदा मैं राज नवाज पढ़ांगा, जो सुल्तानपुर धरती ते पातशाह जी दे जीवन दा वरतांत आ ना। हुण पातशाह नूं दस दित्ता वी तुसीं दोवीं नवाज पढ़न तों रहत सी, नवाज दोवीं नहीं पढ़ सकेगी। हुण उत्थे जदों कहा दोवीं नहीं नवाज पढ़ सके, तां इक दी सुरत अपने पशु सवाउण ते लगी हुई आ, ते इक दी सुरत अपने एरिए नूं छड्ड के होर एरिया च घोड़े खरीदण दा कम करी जांदी आ। कल दो लैंदे सी, अज उहनां दा किन्ना रेट लगूगा, ते उत्थों मैं कै लै के आऊंगा, होर किन्ने खरीदने आ, किन्ने बेचने आ। भाव मसीत विच शरीर खड़ा गा, ते सुरत किसी दी कावल कंधार तुरी फिरदी आ, किसी दी अपने घरे घोड़ियां सवाउण च तुरी फिरदी आ। मतलब कहण तों भाव उही हादसा साडी जीवन च वरतदा गा। पातशाह जी कहिंदे जिहड़ा साडे सब तों नजदीक आ ना, साडी सुरत नाल कर अटैचमेंट उहदी हुंदी आ, ते हुण असीं बड़ा यतन करदे आ, घेर घेर रख देंगे, पर घेरिया नहीं जा सकदा। क्यों नहीं घेरिया जा सकदा? क्योंकि उस दिन आपां अपने फुरनियां नूं हटा सकते हाँ जदों आपां अपने जीवन दे विच अभ्यास बढ़ा दिता। हुण अभ्यास की आ, 15 दिनां चों इक दिन, अभ्यास की आ महीने चों इक दिन, अभ्यास की हैगा साल दे विचों इक दिन। अज की आ विसाखी आ, कहिंदा जिहड़ा चाचा लिआई आ, कहिंदा सारा पिंडी जाऊ, बाहरों भी आउणगे आपां चले आउणे आ, उहदे दो दो तिन तिन गेड़े भी लग जांदे ने। शायद जिहड़ा रब नूं मिलना हुंदा ना, चलो मान लो भी दिन मन लिया भी साडे दिमाग दे विच है विसाखी आ, उह तां दुनिया तों लुक ही आ जांदा है। बहुतियां दा सुभाअ गेड़े फेड़े कढ़न दा। कहण तों भाव किसे दा महीना, किसे दा साल, किसे दा 6 महीने, इदां साडा अभ्यास हैगा। हुण बच्चा गा साल भर स्कूल जांदा गा, चलो अज दे समें नूं छड्ड के आपां पिछे गल करिए ना, ते जिहड़ा सियाणा ना उह कदे गैर हाजर नहीं हुंदा, उह कहिंदा मैनूं फिकर आ मेरी किते गैर हाजरी लग जाए, उह कोशिश करदा हर वक्त हर टाइम हाजर रहण दी। इस करके गुरू दा प्यारा उह अपने मालक दे स्कूल विच हर टाइम हर वक्त हाजिर रहने की गल करता गा। चलो इत्थे पातशाह ने कहता भी साडी सुरत ते ना जिहड़ा बोझ आगा दिमाग ते, वह फुरनियां दा चढ़िया होया, जिन्ना टाइम वह फुरनियां नूं असीं उतारदे नहीं हाँ, उन्ना टाइम पातशाह जी कहिंदे तेरी सुरत खूह दे डड्डू वांग खूह दे विच्चों बाहर निकल के ये भाई थिर घर वैसो वाले घर च कदे टिक नहीं सकदेगी। इनू टकाउण दे लई जपना, इनू टकाउण दे लई समझना, इनू टकाउण दे लई अपने जीवन च कोमलता पैदा करनी आ, इनू टकाउण दे लई कोमलता दे विच्चों विवेक नूं जन्म दवाउणा गा, इनू टकाउण दे लई फेरी गल बननी है ना, ते नहीं गल कदे बन नहीं सकदेगी।
एक उदाहरण ले लो, गुरबाणी दे विच जिक्र कीता पाशाह ने रज गुण तम गुण सत गुण कही है, यह सब तेरी मया है। साढ़े समाज का सुभा रज गुण राजसी गुण तम गुण तमा वाली वधी पई है, साड़ी लोभ लालच अंदर बहुत ज्यादा है। सत गुण भला पुरख, पातशाह जी कहिंदे भले वाहिगुरु भला करे, इस गल नूं खास ध्यान दिओ। गुरु पातशाह कहिंदे ना भला बनना, भला बन के अपने आप नूं चंगा बना के उहदा अपने संसार दे विच अपने आप नूं प्रमोट करना। वाहिगुरु एक तां गुलाब दा फुल है ना, वह किसी नूं कहिंदा नहीं, सुगंधी उहदी अपने आप ही गई है हर तक, भौरा उहदे कोले आप ही चल के आ गया। एक अपने आप नूं पंज सत चेले रख के कह रहे मेरी तुसीं सपोर्ट करो, वध तों वध मेरा प्रचार करो, मेरा प्रसार करो, वध तों वध मेरे बारे लोकां नूं दसो। तुसीं अज शायद साढ़े समाज के गल वाधू वापर रही है, हुण जिहनूं मर्जी पुछ लो भी तू दुनिया लई कहिंदा मेरे वर्गा तां कोई है नहीं, मैं दुनिया का सब तो वध जतन है ना सवारन ते कर रहा, पर दुनिया नूं जतन सवारन दा हर कोई करदा, पर दुनिया दुखी दी दुखी आ, इह क्यों है? चलो वाहिगुरु भला करे, उत्थे जिक्र कीता सद गुण, भाव कई बार बंदे नूं कई बार, पहली गल तो राजसी ते तमो, रज गुण तम गुण उन्हां विच्चों निकलनी औखा। चलो मान लो भी वह दोनों पौड़ियां नूं बंदा पार कर गया, वह दोवें अड्डियां नूं बंदा सर कर गया, तीजे थां ते पहुंच गया सदगुण, सदगुण ते जाके भी पातशाह कहिंदे तूं हंकारी बन जाएगा, सदगुण ते जाके हंकारी बन जाए। एक उदाहरण छोटी जी ले लो, वैसे तुसीं देखो साखियां सारे जानदे आ, पर साखी विच्चों सिख्या लैणी है बस। आपां हुण सदगुण की अवस्था विच कौन पहुंच गया? भाई जोगा। हुण भाई जोगे दे दिमाग विच लालच है कोई ना? तो रजोगुण ना तमोगुण, उन्हां दोनों गुणा तो उपर लंघ गया। पातशाह ने साखी कहिंदी आ, पातशाह ने सुनेहा लाता भी जिथे भी तू है आ चिट्ठी पढ़न सार जो भी कुछ करदा वह छड के आनंदपुर साहब आ जा। जदों भाई जोगी नूं इह गल कही है ना, ते उस टाइम ते की आ चल गया उह। एडा वड्डा भाव गुरु दे हुकम विच रहण वाला कौन हो सकदा गा, जिहड़ा उस टाइम दा जिक्र कीता भी आनंद कारज पढ़ाया जा रहा, अद्धी आनंद कारजां दी रस्म संपूर्ण हो गई, अद्धी रहिंदी आ छड के चला गया। पर ओ राजसी तमसी गुण दे विच्चों निकलण वाला व्यक्ति वाहिगुरु भला करे बहुत वधिया व्यक्ति आ, कदे ना कदे मनुखी जिंदगी दे विच सैड तों अगे ना वाधू चीज़ां टकरा जांदियां नेगियां। चलो गुरु उत्थे फिर ही बख्शन योग आ, साडी निगाह उत्थे नहीं जानी भी उहदे जीवन दा औगुण, आपां उहदे जीवन दे गुण वेखणे आ, पर सिख्या की लैणी आ? सिख्या यह लैणी आ जिहड़ा रजोगुण तमोगुण तो उपर उठ चुक्या ना सतगुण च पहुंच चुक्या, सतगुण च पहुंचया होया बंदा भी हुशियारपुर दीआं गलीआं च गड़े खाण लग गया, इन्नी बस काम हैगा। पातशाह जी कहिंदे इत्थे कई वार ना यह तीजा जिहड़ा गुण हैगा यह भी तेरी जिंदगी च हानिकारक बन जांदा। अज जिन्ने बाबे ने किसे गुरद्वारे नूं फरोल लो, डेरे नूं फरोल लो, मंदर फरोल लो, मसीत फरोल लो, बुरे हाल ही ने। ओ कौन किन्ना दा जिक्र कीता, कौन लोग ने ओ जिहड़े कहिंदे ने असीं सदगुणी हाँ, ताइयों बाबे नानक ने गल सिरे लाती खिच के, कहिंदा कच्ची कोई नहीं छड़दा मैं, ते ताइयों बाबा नानक जां बाबे नानक दी विचारधारा हरेक दे हजम नहीं आउंदी भाई, ये तां खुद सुनाउण वाला ना जिहड़ा उहदे वी नहीं हजम आउंदी। पातशाह कृपा करे मेहर करे। चलो आपां गल नूं अगे चलीए, तीन गुणां दे प्रभाव थले मनुख अपनी जिंदगी बसर करदा। हुण अगली गल की है, चौथे पद मै जन की जिंद। कबीर साहब जी कहिंदे ने, कह कबीर हमरा गोविंद चौथे पद मै जन की जिंद। कबीर साहब जी कहिंदे साडी जिंद तां ना इहनां तिन्नां गुणां नूं छड्ड गई, पैरां च लताड़ गई, सानूं परवाह कोई नहीं, असीं तां पैरां च लतड़ता सब कुछ। इह गुण किहदे च आ? गुरु नानक साहिब च। इह गुण किहदे च आ? गुरु अंगद साहिब च। यह गुण किहदे च आ? गुरु अमरदास च। गुण किहदे च आ? गुरु रामदास महाराज च। गुण किहदे च आ? अर्जन साहब, गुरु हरगोबिंद साहब, धन गुरु हर राय जी, धन गुरु हर कृष्ण, धन गुरु तेग बहादुर महाराज। तेग बहादुर महाराज के बचन भी पढ़िया दिल्ली के जदों आके जालम कहिंदा ना, वो यार तैनू क्यों आ, दसा मिनटां दे विच बाद तेरा ना कुछ नहीं थोना, इतने खत्म किया जाएगा, पर जे तू अपनी जिंद बचाउणी चाहुंदा ना बचा लै, आके जिहड़े जलाद ने वढ़ना ना धर तो अलग करना गा, उन्हें तरला
ਤਾਂ ਪਾਇਆ ਰਹਿਣ ਦੇ ਪਾਸ਼ਾ, ਮੇਰਾ ਵੀ ਨੀ ਚਿੱਤ ਮੰਨਦਾ, ਮੇਰੀ ਵੀ ਮਜਬੂਰੀ ਆ, ਮੈਂ ਨੌਕਰ ਹਾਂ, ਰਹਿਣ ਦੇ ਤੂੰ। ਤੇ ਪਾਸ਼ਾ ਨੇ ਕੀ ਗੱਲ ਕਿਹਾ ਉਹਦੀਆਂ ਗੱਲਾਂ ਸੁਣ ਕੇ, ਚੌਥਾ ਪਦ ਮੈਂ ਜਨਕੀ ਚਿੰਦਾ, ਵੀ ਤੂੰ ਕਿਹੜੀ ਜਿੰਦ ਨੂੰ ਮਾਰਨ ਦੀ ਗੱਲ ਕਰਦਾ, ਸਾਡੀ ਜਿੰਦ ਤਾਂ ਬਾਹਲੀ ਉੱਚੀ ਫਿਰਦੀ ਆ, ਇਹ ਸਰੀਰ ਅੱਡਾ ਜਿੰਦ ਅੱਡਾ, ਇਹ ਆਪਸ ਵਿੱਚ ਪਕੜੀ ਨਹੀਂ ਹੈ ਦੋਵਾਂ ਦੀ, ਪਰ ਸਾਡੀ ਪਕੜ ਬਹੁਤ ਆ। ਜੇ ਪਕੜਾ ਤਾਂ ਲਿਖਿਆ ਬਾਣੀ ਵਿੱਚ ਜਿੰਦਨ ਬਾਣੀ ਕੱਢੀ ਹੈ ਹੱਡਾਂ ਕੂ ਕੜਕ। ਚਲੋ ਉਹ ਇੱਕ ਅਲੱਗ ਵਿਸ਼ਾ। ਇੱਥੇ ਪਾਤਸ਼ਾਹ ਜੀ ਕਹਿੰਦੇ ਰੱਬ ਦੇ ਪਿਆਰਿਆਂ ਦੀ ਜਿੰਦ ਤਾਂ ਫਿਰ ਭਾਈ ਚੌਥੇ ਥਾਂ ਤੇ ਹੁੰਦੀ ਹੈ। ਉਹ ਚੌਥਾ ਥਾਂ ਕਿਹੜਾ ਹੈਗਾ? ਨਾ ਵਿਗਿਆਨ ਮੰਨਦੀ ਹੈ ਚੌਥੇ ਥਾਂ ਨੂੰ। ਚਲੋ ਵਿਗਿਆਨ ਤੋਂ ਆਪਾਂ ਛੱਡੋ, ਜੇ ਆਪਾਂ ਗੁਰੂ ਦੇ ਲੜਨ ਲੱਗੇ ਹਾਂ, ਵਿਗਿਆਨ ਤਾਂ ਗੁਰੂ ਨਾਨਕ ਸਾਹਿਬ ਦੇ ਅੱਗੇ ਕੁਛ ਵੀ ਨਹੀਂ ਹੈ। ਉਹ ਤਾਂ ਇਹਨੂੰ ਪੁੱਛ ਕੇ ਕੰਮ ਕਰਦੇ ਨੇ, ਠੀਕ ਆ, ਹਿੰਡ ਨਾ ਛੱਡਣ ਉਹ ਇੱਕ ਅਲੱਗ ਵਿਸ਼ਾ, ਵੀ ਆ ਸਾਡੀ ਹਿੰਡ ਆ, ਉਹਨੂੰ ਨਾ ਛੱਡਣ ਉਹ ਇੱਕ ਅਲੱਗ ਵਿਸ਼ਾ, ਮੂਰਖਤਾ ਵਾਲਾ ਕੰਮ। ਪਰ ਗੁਰੂ ਨਾਨਕ ਸਾਹਿਬ ਦਾ ਤਾਂ ਜਿਹੜੀ ਸਾਇੰਸ ਆ ਨਾ, ਵਿਗਿਆਨ ਆ, ਉਹ ਪਾਣੀ ਭਰਦੀ ਆ। ਕਦੇ ਵਿਚਾਰ ਕਰਕੇ ਦੇਖ ਲਓ, ਜੋ ਆਪਾਂ ਅੱਜ ਉਹ ਗੱਲ ਸੁਣਦੇ ਹਾਂ ਵੀ ਆਹ ਗੱਲ ਦੀ ਖੋਜ ਇਉਂ ਹੋ ਗਈ, ਉਹ ਗੁਰੂ ਕੀ ਪਾਵਨ ਬਾਣੀ ਵਿੱਚ ਕਿੰਨਾ ਲੰਮਾ ਵਕਤ ਪਹਿਲਾਂ ਦਰਜ ਕੀਤੀ ਪਈ ਆ। ਕਹਿਣ ਤੋਂ ਭਾਵ ਫਿਰ ਚੌਥਾ ਪਦ, ਚੌਥਾ ਦਰਜਾ ਉਹ ਕਿਹੜਾ? ਜਿਹਨੂੰ ਪੰਜਵੇਂ ਪਾਤਸ਼ਾਹ ਲਿਖਤਾ ਥਿਰ ਘਰ ਵੈਸੋ ਹਰਜਨ ਪਿਆਰੇ, ਜਿਹਦਾ ਜ਼ਿਕਰ ਅੱਜ ਪਾਤਸ਼ਾਹ ਨੇ ਕੀਤਾ ਬਿਨ ਸਤਿਗੁਰ। ਪਾਤਸ਼ਾਹ ਜੀ ਕਹਿੰਦੇ ਸਤਿਗੁਰ ਤੋਂ ਬਿਨਾਂ, ਮਤਲਬ ਗਿਆਨ ਤੋਂ ਬਿਨਾਂ, ਵਿਵੇਕਤਾ ਤੋਂ ਬਿਨਾਂ ਜਗ ਭਰਮ ਭੁਲਾਇਆ, ਪੂਰੇ ਦਾ ਪੂਰਾ ਜਗਤ ਭਟਕਣਾ ਦੇ ਵਿੱਚ ਫਸਿਆ ਪਿਆ। ਕੋਈ ਵਿਰਲਾ ਗਾ ਜਿਹੜਾ ਚੌਥੇ ਪਦ ਦੇ ਵਿੱਚ ਆਪਣੀ ਸੁਰਤ ਨੂੰ ਲੈ ਜਾਂਦਾ ਹੈ। ਇੱਕ ਇਸ ਗੱਲ ਨੂੰ ਸਮਝਣ ਦੇ ਲਈ ਛੋਟੀ ਜਿਹੀ ਉਦਾਹਰਨ ਆ, ਜਿਵੇਂ ਬਹੁਤਿਆਂ ਨੇ, ਚਲੋ ਬਹੁਤੇ ਸਿਆਣੇ ਨੇ, ਕੋਈ ਸਿਨੇਮਾ ਘਰ ਦੇ ਵਿੱਚ ਨਹੀਂ ਗਿਆ ਹੋਵੇਗਾ ਉਹ ਇਸ ਗੱਲ ਨੂੰ ਨਹੀਂ ਸਮਝੇਗਾ। ਸਿਨੇਮਾ ਘਰ ਦੇ ਵਿੱਚ ਜਾਣਾ ਚਲੋ ਆਪਣੇ ਲਈ ਠੀਕ ਨਹੀਂ, ਆਪਾਂ ਜਾਂਦੇ ਵੀ ਨਹੀਂ, ਪਰ ਨਹੀਂ ਗਏ ਉਹਦੇ ਬਾਰੇ ਪਤਾ। ਉਦਾਂ ਦਾ ਕੋਈ ਡਿਜ਼ਾਈਨ ਬਣਾ ਕੇ ਨਾ ਸਾਡੇ ਪਿੰਡਾਂ ਦੇ ਵਿੱਚ ਵੀ ਸਿਨੇਮਾ ਘਰ ਬਣ ਜਾਂਦਾ। ਕਿਵੇਂ? ਕਈ ਵਾਰ ਕੋਈ ਧਾਰਮਿਕ ਵੀਡੀਓ ਵਗੈਰਾ, ਮੂਵੀ ਵਗੈਰਾ ਦਿਖਾਈ ਜਾਂਦੀ ਆ, ਉਹ ਮੂਵੀ ਦਿਖਾਉਣ ਦੇ ਲਈ ਨਾ ਇੱਕ ਪਰਦਾ ਪਾ ਜਾਂਦਾ ਚਿੱਟੇ ਰੰਗ ਦਾ, ਚਿੱਟੇ ਰੰਗ ਦਾ ਪਰਦਾ ਪਾਏਗਾ ਨਾ। ਹੁਣ ਉਹ ਪਰਦੇ ਤੇ ਚੱਲਦੀਆਂ ਨੇ ਤਸਵੀਰਾਂ, ਉਹ ਆਪਾਂ ਨੂੰ ਸਾਰਿਆਂ ਨੂੰ ਪਤਾ, ਨਕਸ਼ਾ ਛੋਟਾ ਜਿਹਾ ਬਣਾ ਲਓ। ਹੁਣ ਪਰਦੇ ਤੇ ਚੱਲਦੀਆਂ ਨੇ ਤਸਵੀਰਾਂ, ਉਹ ਪਰਦਾ ਪਾਇਆ ਗਿਆ। ਹੁਣ ਇੱਥੇ ਇੱਕ ਸਵਾਲ ਆ, ਉਹ ਤਸਵੀਰਾਂ ਸੱਚੀਆਂ ਨੇ ਕਿ ਪਰਦਾ ਸੱਚਾ ਗਾ? ਹੁਣ ਜਿਹੜਾ ਸਾਡਾ ਜਵਾਬ ਹੋਵੇਗਾ ਨਾ ਸਿਆਣੇ ਤੋਂ ਸੂਝਵਾਨਾ, ਇੱਥੇ ਇਹ ਸਵਾਲ ਦਾ ਜਵਾਬ ਹੋਵੇਗਾ ਵੀ ਪਰਦਾ ਅਸਲੀ ਆ, ਤਸਵੀਰਾਂ ਨਕਲੀ ਨੇ। ਹੁਣ ਚੇਤਾ ਰੱਖਿਓ, ਜਦੋਂ ਤਸਵੀਰਾਂ ਪਰਦੇ ਤੇ ਚੱਲਦੀਆਂ ਨੇ, ਕਿਰਨਾਂ ਤਰ ਪਰਦੇ ਤੇ ਪੈਂਦੀਆਂ ਨਾ, ਤੇ ਉਹ ਪਰਦੇ ਤੇ ਤਸਵੀਰਾਂ ਘੁੰਮ ਫਿਰ ਰਹੀਆਂ ਨੇਗੀਆਂ। ਜਦੋਂ ਉਹ ਤਸਵੀਰਾਂ ਘੁੰਮ ਫਿਰ ਰਹੀਆਂ ਨੇ ਤਾਂ ਪਰਦਾ ਬਿਲਕੁਲ ਸਾਡੀ ਅੱਖ ਦੇ ਵਿੱਚ ਨਹੀਂ ਆਵੇਗਾ, ਨਜ਼ਰ 'ਚ ਨਹੀਂ ਆਵੇਗਾ। ਜੇ ਕਿਸੇ ਦੀ ਨਜ਼ਰ 'ਚ ਆਇਆ ਤਾਂ ਉਹ ਜ਼ਰੂਰ ਦੱਸਿਓ ਵੀ ਹਾਂ ਫਿਲਮ ਚੱਲ ਰਹੀ ਆ, ਮਤਲਬ ਕਿਰਨਾਂ ਚੱਲ ਰਹੀਆਂ ਨੇ, ਤਸਵੀਰਾਂ ਪਰਦੇ ਤੇ ਚੱਲ ਰਹੀਆਂ ਨੇ, ਪਰਦਾ ਨਹੀਂ ਨਜ਼ਰ 'ਚ ਆਊਗਾ। ਜਦੋਂ ਤਸਵੀਰਾਂ ਬੰਦ ਹੋ ਗਈਆਂ ਫਿਰ ਪਰਦਾ ਨਜ਼ਰ 'ਚ ਆਉਣ ਲੱਗ ਜਾਂਦਾ, ਫਿਰ ਪਰਦਾ ਦਿਸ ਜਾਂਦਾ ਵੀ ਚਿੱਟੇ ਰੰਗ ਦਾ ਕੱਪੜਾ, ਕੱਪੜੇ ਤੇ ਤਸਵੀਰਾਂ ਚੱਲਦੀਆਂ ਨੇ। ਹੁਣ ਇਹ ਕੀ ਆ? ਇਹ ਸਾਡੇ ਜ਼ਿੰਦਗੀ ਦੀ ਉਦਾਹਰਨ ਆ। ਸਾਡੇ ਦਿਮਾਗ ਵਿੱਚ ਇੰਨੀਆਂ ਤਸਵੀਰਾਂ, ਇੰਨੀਆਂ ਤਸਵੀਰਾਂ, ਇੰਨੀਆਂ ਤਸਵੀਰਾਂ, ਬੰਦਾ 24 ਘੰਟੇ ਉਹਨਾਂ ਤਸਵੀਰਾਂ ਦੇ ਪਿੱਛੇ ਲੱਗ ਕੇ ਭੱਜਿਆ ਫਿਰਦਾ ਗਾ। ਤੇ ਹੁਣ ਚੌਥੇ ਪਦ ਮੈਂ ਜਨਕੀ ਜਿੰਦ, ਉੱਥੋਂ ਤੱਕ ਧਿਆਨ ਗਈ ਨਹੀਂ ਕਿ ਉਹ ਜਿੱਦੇ ਤਸਵੀਰਾਂ ਬੰਦ ਹੋਣਗੀਆਂ ਉਹਦੇ ਅੰਦਰਲਾ ਪਰਦਾ ਦਿਸੂ, ਸਫੈਦ ਸੱਚ ਦਾ ਨਕਸ਼ਾ ਉਹਦੇ ਅੰਦਰ ਬੈਠਾ ਉਹ ਪਰਦਾ ਨਜ਼ਰ ਆਵੇਗਾ। ਉਹਨਾਂ ਟਾਈਮ ਉਹ ਪਰਦਾ ਨਜ਼ਰ ਨਹੀਂ ਆਵੇਗਾ ਜਿੱਦੇ ਤਸਵੀਰਾਂ ਬੰਦ ਹੋ ਗਈਆਂ, ਉਦੋਂ ਉਹ ਪਰਦਾ ਨਜ਼ਰ ਆ ਜਾਵੇਗਾ। ਉਹ ਪਰਦਾ ਕੀ ਹੈ ਜਿਹੜਾ ਆਪਾਂ ਪਿੱਛੇ ਜ਼ਿਕਰ ਕਰਕੇ ਗਏ ਹਾਂ? ਉਹ ਪਰਦਾ ਗਾ ਖਿਆਲਾਂ ਦਾ, ਮਾਫ ਕਰਨਾ, ਤਸਵੀਰਾਂ ਨੇ ਖਿਆਲਾਂ ਦੀਆਂ। ਤੇ ਚੌਥੇ ਪਦ ਮੈਂ ਜਨਕੀ ਜਿੰਦ, ਅੰਦਰ ਦੀ ਸ਼ੁੱਧ ਅਵਸਥਾ ਉਹ ਹੈ ਸਾਫ਼ ਪਰਦਾ। ਉਹ ਸਾਫ਼ ਪਰਦੇ ਤੱਕ ਗੁਰਬਾਣੀ ਹੈ ਜਿਹੜੀ, ਉਹ ਕੋਸ਼ਿਸ਼ ਕਰਦੀ ਆ ਮਨੁੱਖ ਨੂੰ ਲਿਜਾਣ ਦੀ। ਤੇ ਨਹੀਂ ਮਨੁੱਖ, ਚੇਤਾ ਰੱਖਿਓ, ਦੁਨੀਆਂ ਦੇ ਵਿੱਚ ਕੋਈ ਅਜਿਹਾ ਸਾਧਨ ਨਹੀਂ ਹੈ ਵੀ ਆਪਣੇ ਅੰਦਰ ਦੀ ਸਾਫ਼ ਪਰਦੇ ਤੱਕ, ਸਾਫ਼ ਸੁਰ ਤੱਕ ਬੰਦਾ ਆਪਣੀ ਪਹੁੰਚ ਕਰ ਲਏ। ਉਹਦੇ ਸਾਫ਼ ਸੁਰ ਤੱਕ ਪਹੁੰਚ ਕਰਨ ਤੋਂ ਪਹਿਲਾਂ ਖਿਆਲਾਂ ਰੂਪੀ ਤਸਵੀਰਾਂ ਨੂੰ ਹਟਾਉਣਾ ਪਵੇਗਾ, ਆਪਣੇ ਖਿਆਲਾਂ 'ਤੇ ਕੰਟਰੋਲ ਕਰਨਾ ਪਵੇਗਾ, ਤਾਂ ਅਸੀਂ ਥਿਰ ਘਰ ਵੈਸੋ ਹਰਜਨ ਪਿਆਰੇ ਦੇ ਧਾਰਨੀ ਬਣ ਸਕਦੇ ਹਾਂ। ਜਿਹਨੂੰ ਬਾਣੀ 'ਚ ਲਿਖਿਆ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਆਪਣੇ ਆਪ ਦੀ ਖੋਜ ਕਰ ਆਪਣੇ ਆਪ ਵੱਲ ਤੱਕ, ਮਨ ਤੂੰ ਜੋ
ਮਨੁੱਖ ਸਰੂਪ ਹੈ ਆਪਣਾ ਮੂਲ ਪਛਾਣ ਆਪਣੇ ਆਪ ਵੱਲ ਤੱਕਣ ਦੀ ਕੋਸ਼ਿਸ਼ ਕਰ ਜਿਹਨੂੰ ਕੀ ਕਿਹਾ ਗਾ ਸਭ ਮੈਂ ਜੋਤ ਜੋਤ ਹੈ ਸੋਏ ਉਹ ਜੋਤ ਵੱਲ ਤੱਕਣ ਦੀ ਕੋਸ਼ਿਸ਼ ਕਰ ਜੋਤ ਹਰ ਇੱਕ ਦੇ ਅੰਦਰ ਚੱਲ ਰਹੀ ਆ ਫਿਰ ਪਾਤਸ਼ਾਹ ਜੀ ਕਹਿੰਦੇ ਤਾਂ ਤੂੰ ਭਾਈ ਆਪਣੀ ਜ਼ਿੰਦਗੀ 'ਚ ਥਿਰ ਘਰ ਵੈਸੋ ਹਰਜਨ ਪਿਆਰੇ ਦਾ ਧਾਰਨੀ ਬਣ ਸਕਦਾ ਫਿਰ ਜਦੋਂ ਉੱਥੇ ਪਹੁੰਚ ਗਏ ਫਿਰ ਕੀ ਆ ਸਤਿਗੁਰ ਤੁਮਰੇ ਕਾਜ ਸਵਾਰੇ ਫਿਰ ਸਾਡੇ ਕਾਰਜ ਸਫਲ ਆ ਫਿਰ ਤਾਂ ਕਹਿਣ ਦੀ ਲੋੜ ਹੀ ਨਹੀਂ ਹੈ ਹੁਣ ਕੀ ਆ ਹੁਣ ਆਪਾਂ ਕਹਿ ਰਹੇ ਹਾਂ ਹੁਣ ਆਪਾਂ ਕਹਿ ਰਹੇ ਹਾਂ ਨਾ ਚਲੋ ਮੰਨ ਲਓ ਵਾਹਿਗੁਰੂ ਭਲਾ ਕਰੇ ਵਾਹਿਗੁਰੂ ਸਾਡੇ ਆਖੇ ਵੀ ਲੱਗਦਾ ਗਾ ਇੱਕ ਕਦੇ ਕਦੇ ਨਾ ਮਨ ਦੇ ਵਿੱਚ ਸਵਾਲ ਬਣਦਾ ਸ਼ਾਇਦ ਤੁਸੀਂ ਉਸ ਗੱਲ ਨੂੰ ਨੋਟ ਕਰਿਓ ਇੱਕ ਦਿਨ ਦੋ ਦਿਨ ਤਿੰਨ ਦਿਨ ਚਾਰ ਦਿਨਾਂ ਦੇ ਵਿੱਚ ਨਾ ਤੁਸੀਂ ਉਹ ਗੱਲ ਨੂੰ ਥੋੜ੍ਹਾ ਜਿਹਾ ਸਮਝ ਕੇ ਮੈਂ ਆਪਣੀ ਨੌਲੇਜ ਵਾਸਤੇ ਪੁੱਛਦਾ ਗਾ ਵੀ ਜ਼ਰੂਰ ਇੰਨਾ ਕੁ ਧਿਆਨ ਰੱਖਿਓ ਵੀ ਸੋਚਿਓ ਵੀ ਜਿਹੜੇ ਪਰਮਾਤਮਾ ਨੂੰ ਜਿਹੜੇ ਗੁਰੂ ਨੂੰ ਅਸੀਂ ਰੋਜ਼ ਬੇਨਤੀ ਦੇ ਰੂਪ 'ਚ ਨਾਂ ਵਾਲੇ ਹਰੇਕ ਬੰਦਾ ਦੋ ਦੋ ਤਿੰਨ ਤਿੰਨ ਕੰਮ ਤਾਂ ਕਰਾਉਂਦਾ ਉਹ ਮੇਰੀ ਲੜਕੀ ਦਾ ਵਿਆਹ ਗਾ ਹੱਲ ਕਰਦੇ ਕੋਈ ਮੈਂ ਬਿਮਾਰ ਹਾਂ ਹੱਲ ਕਰਦੇ ਕੋਈ ਮੈਨੂੰ ਐਡਮਿਸ਼ਨ ਨਹੀਂ ਕਿਤੇ ਮਿਲਦੀ ਕੋਈ ਹੱਲ ਕਰਦੇ ਜਿਹੜਾ ਆਪਣਾ ਸਵਾਲ ਆਪਾਂ ਉੱਥੇ ਤੱਕ ਨਹੀਂ ਪਹੁੰਚੇ ਹਜੇ ਤਾਂ ਆਪਾਂ ਉਹਨੂੰ ਕੰਮ ਦੱਸ ਰਹੇ ਹਾਂਗੇ ਮੇਰੀਆਂ ਮੱਝਾਂ ਮਿਲਣੋਂ ਹਟ ਗਈਆਂ ਕੋਈ ਹੱਲ ਕਰਦੇ ਦੇਖੋ ਕਮਾਲ ਦੀ ਗੱਲ ਆ ਸੋਚਣਾ ਪਊਗਾ ਹੈ ਨਾ ਅੱਛਾ ਹੁਣ ਇੱਥੇ ਦੋ ਸਰੀਰ ਆਪਾਂ ਰੋਕ ਲਓ ਜੋ ਮੇਰੇ ਮਨ ਦਾ ਖਿਆਲ ਆ ਸਰੀਰ ਰੋਕ ਲਓ ਦੋ ਹੁਣ ਇੱਕ ਸਰੀਰ ਨੌਕਰ ਆ ਇੱਕ ਸਰੀਰ ਮਾਲਕ ਆ ਹੁਣ ਇਸ ਗੱਤ ਨੂੰ ਇਸ ਅਵਸਥਾ ਨੂੰ ਆਪਾਂ ਸਾਰੇ ਜਾਣਦੇ ਹਾਂ ਨੌਕਰ ਦਾ ਸੁਭਾਅ ਕੀ ਆ ਤੇ ਮਾਲਕ ਦਾ ਸੁਭਾਅ ਕੀ ਆ ਹੁਣ ਜਿਹੜਾ ਮਾਲਕ ਆ ਉਹ ਆਪਣੇ ਨੌਕਰ ਤੋਂ ਕੰਮ ਕਰਾਉਂਦਾ ਨੌਕਰ ਤੋਂ ਮਾਲਕ ਕੰਮ ਕਰਾਉਂਦਾ ਗਾ ਉਹਨੂੰ ਲਿਸਟ ਦੇਣ ਦਾ ਕੰਮਾਂ ਦੀ ਵੀ ਆਹ ਕੰਮ ਤੈਅ ਕਰ ਲਿਆ ਖੇਤ ਪਾਣੀ ਬਦਲਿਆ ਰੇਹ ਸਿੱਟ ਦੀ ਅੱਜ ਆਹ ਕੰਮ ਕਰ ਲਾ ਮੱਝਾਂ ਗਾਵਾਂ ਜੋ ਵੀ ਹੈ ਸਾਰੇ ਕੰਮ ਉਹਦੇ ਧਿਆਨ 'ਚ ਲਿਆਤੇ ਆਪਾਂ ਹੁਣ ਇੱਥੇ ਜਿਹੜਾ ਸਵਾਲ ਆ ਨੌਕਰ ਵੱਡਾ ਗਾ ਕਿ ਮਾਲਕ ਵੱਡਾ ਗਾ ਇਹ ਸਵਾਲ ਆ ਜੇ ਤਾਂ ਨੌਕਰ ਵੱਡਾ ਗਾ ਮਾਲਕ ਛੋਟਾ ਗਾ ਫਿਰ ਵੀ ਆਪਾਂ ਇਸ ਗੱਲ ਨੂੰ ਕਲੀਅਰ ਕਰਨਾ ਜੇ ਮਤਲਬ ਕਿ ਮਾਲਕ ਛੋਟਾ ਨਾ ਨੌਕਰ ਵੱਡਾ ਗਾ ਫਿਰ ਵੀ ਆਪਾਂ ਇਸ ਗੱਲ ਨੂੰ ਕਲੀਅਰ ਕਰਨਾ ਧਿਆਨ 'ਚ ਰੱਖਣੀ ਹੈ ਗੱਲ ਚਲੋ ਜਿੱਦੇ ਵੀ ਤੁਹਾਡੇ ਧਿਆਨ 'ਚ ਇਸ ਗੱਲ ਦਾ ਜਵਾਬ ਆ ਗਿਆ ਕੋਈ ਫੋਨ ਰਾਹੀਂ ਕੋਈ ਉੱਦਾਂ ਆਪਾਂ ਨੂੰ ਮਿਲ ਕੇ ਜ਼ਰੂਰ ਦੱਸੋ ਮੈਂ ਆਪਣੀ ਨੌਲੇਜ ਵਿੱਚ ਵਾਧਾ ਲੈਣ ਦੇ ਲਈ ਅਤੇ ਇੱਕ ਆਪਣੀ ਆਦਤ ਨੂੰ ਬਦਲਣ ਦੇ ਲਈ ਦੋ ਪੱਖਾਂ 'ਤੇ ਗੱਲ ਕੀਤੀ ਹੈ ਚਲੋ ਅੱਗੇ ਗੁਰੂ ਭਲਾ ਕਰੇ ਉਹ ਅੱਗੇ ਉਹ ਆਪਾਂ ਗੱਲ ਪਹਿਲਾਂ ਕੀਤੀ ਸੀ ਉਹ ਅੱਜ ਦੀ ਵਿਸ਼ਾ ਜਿਹਦਾ ਵਿਚਾਰ ਆ ਨਾ ਉਹ ਇੱਦਾਂ ਦੀ ਆ ਵੀ ਕਿੱਥੇ ਅਸੀਂ ਆਪਣੇ ਮਾਲਕ ਨੂੰ ਨੌਕਰ ਤਾਂ ਨਹੀਂ ਬਣਾਈ ਬੈਠੇ ਮਾਲਕ ਤੋਂ ਮਾਲਕਾਂ ਦਾ ਕੰਮ ਹੀ ਲੈ ਲਈਏ ਉਹ ਤੋਂ ਨੌਕਰਾਂ ਵਾਲਾ ਕੰਮ ਮੰਨ ਲਈਏ ਸ਼ਾਇਦ ਸਾਡੇ ਦਿਮਾਗ ਵਿੱਚ ਤਸਵੀਰਾਂ ਇਸੇ ਕਰਕੇ ਚੱਲਦੀਆਂ ਅਸੀਂ ਇਸ ਗੱਲ ਨੂੰ ਸਮਝ ਨਹੀਂ ਸਕੇਗੇ ਤਾਂਹੀਓ ਪਾਤਸ਼ਾਹ ਜ਼ਿਕਰ ਕਰਦੇ ਨੇ ਕਹਿੰਦੇ ਗੁਰਮੁਖੇ ਇੱਕ ਮੇਲ ਮਿਲਾਇਆ ਕਹਿੰਦੇ ਫਿਰ ਰੱਬ ਦੇ ਪਿਆਰਿਆਂ ਦਾ ਨਾ ਇੱਕ ਵਾਹਿਗੁਰੂ ਮੇਲ ਮਿਲਾ ਆਉਂਦਾ ਗੁਰਮੁਖੇ ਇੱਕ ਮੇਲ ਮਿਲਾਇਆ ਤਿੰਨ ਕੇ ਦੁੱਖ ਗਵਾਇਆ ਰਾਮ ਉਹਨਾਂ ਦੇ ਦਿਮਾਗ ਵਿੱਚੋਂ ਦੁੱਖ ਖਤਮ ਕਰ ਦਿੰਦਾ ਉਹ ਕਿਹੜੇ ਉਹ ਨੌਕਰ ਵਾਲੀ ਗੱਲ ਨਾਲ ਜੁੜਨਗੇ ਫਿਰ ਅੱਗੇ ਪਾਤਸ਼ਾਹ ਜੀ ਕਹਿੰਦੇ ਤਿੰਨ ਕੇ ਦੁੱਖ ਗਵਾਇਆ ਜਾਂ ਹਰ ਮਨ ਭਾਇਆ ਸਦਗੁਣ ਗਾਵੇ ਰੰਗ ਰਾਤੇ ਸਦ ਗੁਣ ਗਾਵੇ ਰੰਗ ਰਾਤੇ ਸਦਾ ਆਪਾਂ ਵਾਹਿਗੁਰੂ ਪਰਮੇਸ਼ਰ ਮਾਲਕ ਦੇ ਗੁਣ ਗਾਉਣੇ ਨੇ ਪਰ ਗੁਣ ਗਾਉਣ ਤੋਂ ਪਹਿਲਾਂ ਸਾਡੇ ਜੀਵਨ ਦੇ ਵਿੱਚ ਜੋ ਸਾਡੇ ਦਿਮਾਗ ਦੇ ਵਿੱਚ ਲੜਾਈ ਚੱਲਦੀ ਹੈ ਨਾ ਉਹ ਲੜਾਈ ਨੂੰ ਆਪਾਂ ਰੋਕਣਾ ਬੰਦ ਕਰਨਾ ਜਿੰਨਾ ਟਾਈਮ ਉਹ ਲੜਾਈ ਨਹੀਂ ਬੰਦ ਹੁੰਦੀ ਉਹਨਾਂ ਟਾਈਮ ਅਸੀਂ ਗੁਣ ਉਹਦੇ ਨਹੀਂ ਗਾ ਸਕਾਂਗੇ ਬਸ ਗੁਣ ਗਾਉਣ ਤੋਂ ਪਹਿਲਾਂ ਰੱਬ ਦਾ ਸਿਮਰਨ ਕਰਨ ਤੋਂ ਪਹਿਲਾਂ ਆਪਣੇ ਦਿਮਾਗ ਦੇ ਵਿੱਚ ਚੱਲ ਰਹੀ ਲੜਾਈ ਨੂੰ ਰੋਕਣ ਦਾ ਯਤਨ ਕਰੀਏ ਆਪਾਂ ਸਾਰੇ ਇੱਕੋ ਜਿਹੇ ਮੈਂ ਵੀ ਤੁਹਾਡੇ ਵਿੱਚ ਵੀ ਹਾਂ ਕੋਈ ਮੈਂ ਸਪੈਸ਼ਲ ਨਹੀਂ ਹਾਂ ਭੈਣ ਭਰਾਂਗੇ ਪਰ ਉਹ ਆਪਾਂ ਜ਼ਰੂਰ ਦੇਖੀਏ ਕਹਿੰਦੇ ਨਾ ਇੱਕ ਬਹੁਤ ਖਤਰਨਾਕ ਰਾਜਾ ਗਾ ਪਾਪੀ ਆ ਲੋਭੀ ਆ ਚੌਵੀ ਘੰਟੇ ਦੁਨੀਆਂ 'ਤੇ ਅੱਤਿਆਚਾਰ ਕਰਦਾ ਗਾ ਹਰ ਟਾਈਮ ਉਹਦਾ ਜਿਹੜਾ ਵਜ਼ੀਰ ਆ ਨਾ ਉਹ ਬੜਾ ਭਲਾ ਮਾਣਸ ਆ ਰਾਜਾ ਖਤਰਨਾਕ ਆ ਵਜ਼ੀਰ ਭਲਾ ਮਾਣਸ ਆ ਵਜ਼ੀਰ ਰਾਜੇ ਨੂੰ ਕਹਿੰਦਾ ਜੀ ਤੁਸੀਂ ਸਿਮਰਨ ਕਰਿਆ ਕਰੋ ਭਜਨ ਕਰਿਆ ਕਰੋ ਹੁਣ ਰਾਜੇ ਨੇ ਕੀ ਜਵਾਬ ਦਿੱਤਾ ਕਹਿੰਦਾ ਰਾਜਾ ਕੀ ਤੇ ਭਜਨ ਕੀ ਸਿਮਰਨ ਕੀ ਕਮਾਲ ਦੀ ਗੱਲ ਆ ਕਹਿੰਦਾ ਰਾਜਾ ਮਹਾਰਾਜਾ ਦਾ ਥੋੜਾ ਕੰਮ ਹੈ ਤਾਂ ਇਹ ਤਾਂ ਆਮ ਜਨਤਾ ਦਾ ਕੰਮ ਆ ਸਿਮਰਨ ਕਰਨਾ ਭਜਨ ਕਰਨਾ ਇਹ ਤਾਂ ਆਮ ਲੋਕਾਂ ਦਾ ਕੰਮ ਸਾਡਾ ਕੰਮ ਥੋੜੀ ਆ ਹੁਣ ਇਹ ਤਾਂ ਰਾਜੇ ਦੀ ਕਹਾਣੀ ਹੈ ਨਾ
ਪ੍ਰਬੋਧ ਨਾਟਕ ਦੇ ਵਿੱਚ ਮਤਲਬ ਕਿ ਬੁੱਕ ਆ ਗਈ ਉਹਦੇ ਵਿੱਚ ਦਰਜ ਕੀਤੀ ਵੀ ਹੈਗੀ। ਭਾਵ ਕੀ ਇਹ ਤਾਂ ਰਾਜੇ ਦੀ ਕਹਾਣੀ ਆ, ਰਾਜੇ ਦਾ ਇੱਕ ਮਤਲਬ ਕਿ ਚਿੱਤਰ ਬਣਾਇਆ ਇੱਥੇ। ਇਹ ਰਾਜੇ ਦਾ ਚਿੱਤਰ ਆਪਾਂ ਆਪਣੇ ਘਰਾਂ 'ਚ ਹੀ ਬਣਾ ਲਿਓ ਵੀ ਗੌੜ ਕੌਣ ਆਪਣੇ ਪਿੰਡ 'ਚ ਆਪਣੇ ਆਪ ਨੂੰ ਰਾਜੇ ਕਹਾਉਂਦੇ ਨੇ, ਕੀ ਸਿਮਰਨ ਕਰਦੇ ਆ, ਕਹਿ ਕੇ ਦੇਖੋ ਕਦੇ ਕਹਿੰਦੇ ਲੈ ਸਿਮਰਨ ਕੀ ਤੇ ਰਾਜਾ ਕੀ। ਇਹ ਰਾਜੇ ਮਹਾਰਾਜਿਆਂ ਦਾ ਕੰਮ ਥੋੜ੍ਹਾ ਰੱਬ ਦਾ ਨਾਮ ਜਪਣਾ, ਇਹ ਤਾਂ ਤੁਹਾਡਾ ਕੰਮ ਆਗਾ। ਵਜ਼ੀਰ ਸਿਆਣਾ ਸੀ, ਚੁੱਪ ਕਰ ਗਿਆ, ਸਿਆਣਾ ਸੀ ਨਾ ਉਹ ਚੁੱਪ ਕਰ ਗਿਆ। ਹੁਣ ਜਦੋਂ ਚੁੱਪ ਕਰ ਗਿਆ ਨਾ, ਉਹ ਕਹਿੰਦਾ ਇੱਕ ਦੋ ਦਿਨ ਲੰਘਣ ਤੋਂ ਬਾਅਦ ਕਹਿੰਦਾ ਰਾਜਾ ਸਾਹਿਬ ਮੈਨੂੰ ਪਤਾ, ਮੈਂ ਤੁਹਾਡੇ ਸੁਭਾਅ ਬਾਰੇ ਜਾਣਦਾ, ਤੁਸੀਂ ਨਾਟਕ ਵੇਖਣ ਦੇ ਬੜੇ ਸ਼ੌਕੀਨ ਹੋ। ਰਾਜਾ ਕਹਿੰਦਾ ਹਾਂ। ਕਹਿੰਦਾ ਜੇ ਤੁਸੀਂ ਕਹੋ ਤੇ ਮੈਂ ਨਾਟਕ ਦਾ ਪ੍ਰਬੰਧ ਨਾ ਕਰਨਾ ਕੋਈ, ਨਾਲੇ ਤੁਸੀਂ ਦੇਖ ਲਿਓ ਨਾਲੇ ਮੈਂ ਵੇਖ ਲੂੰਗਾ, ਆਪਾਂ ਕੋਈ ਬੁਲਾ ਲੈਣੇ ਕਿਸੇ ਪਾਸੋਂ ਨਾਟਕ ਟੀਮ। ਰਾਜਾ ਕਹਿੰਦਾ ਚੱਲ ਠੀਕ ਆ, ਕਰ ਲਾ ਪ੍ਰਬੰਧ ਭਾਈ। ਹੈ ਲੋਭੀ ਰਾਜਾ, ਅਤਿਆਚਾਰ ਕਰਨ ਵਾਲਾ, ਲੋਕਾਂ ਤੇ ਧੱਕਾ ਕਰਨ ਵਾਲਾ, ਪਾਪੀ ਵਿਰਤੀ ਦਾ ਰਾਜਾ ਗਾ, ਕਿੱਥੇ ਰੱਬ ਦਾ ਨਾਂ, ਕਿੱਥੇ ਭਜਨ, ਨਾ ਨੇੜੇ ਤੇੜੇ ਵੀ ਨਹੀਂ ਹੈ। ਹੁਣ ਆਪਣੇ ਵਜ਼ੀਰ ਨੂੰ ਦੱਸ ਦਿੱਤਾ, ਕਹਿੰਦਾ ਕੋਈ ਗੱਲ ਨਹੀਂ, ਤੂੰ ਪ੍ਰਬੰਧ ਕਰ ਲਾ, ਨਾਟਕ ਟੀਮ ਬੁਲਾ ਲੈ। ਹੁਣ ਵਜ਼ੀਰ ਹੁਸ਼ਿਆਰ ਆ, ਸਿਆਣਾ ਵੀ ਆ, ਉਹਨੇ ਭਾਵ ਕੀ ਕੀਤਾ, ਨਾਟਕ ਟੀਮ ਦੇ ਨਾਲ ਆਪਣਾ ਤਾਲਮੇਲ ਬਣਾਇਆ। ਹੁਣ ਵਜ਼ੀਰ ਆ, ਨਾਟਕ ਟੀਮ ਤਾਂ ਭਾਵ ਮਗਰ ਮਗਰ ਫਿਰਦੀ ਹੋਊਗੀ, ਇੱਕ ਨਹੀਂ ਭਾਵੇਂ 10 ਇਕੱਠੀਆਂ ਕਰ ਲਏ, ਰਾਜੇ ਦਾ ਵਜ਼ੀਰ ਆ ਨਾ ਉਹ, ਆਮ ਵਿਅਕਤੀ ਤਾਂ ਹੈ ਨਹੀਂ ਕੋਈ। ਹੁਣ ਜਿਹੜੀ ਰਾਜੇ ਦੇ ਦਰਬਾਰ ਵਿੱਚ ਨਾਟਕ ਟੀਮ ਆਉਣੀ ਆ, ਉਹਨਾਂ ਦੇ ਨਾਲ ਆਪਣਾ ਰਾਬਤਾ ਪਹਿਲਾਂ ਕਾਇਮ ਕਰ ਲਿਆ, ਉਹਨਾਂ ਨਾਲ ਗੱਲਬਾਤ ਹੈ ਕਰ ਲਈ। ਕਹਿੰਦਾ ਜਿਹੜਾ ਤੁਸੀਂ ਨਾਟਕ ਖੇਡਣਾ ਨਾ, ਤੁਸੀਂ ਆਪਣੀ ਮਰਜ਼ੀ ਨਾਲ ਨਹੀਂ, ਮੇਰੀ ਮਰਜ਼ੀ ਨਾਲ ਖੇਡਣਾ, ਕਰੋਗੇ ਕੰਮ ਕਿ ਨਹੀਂ ਕਰਦੇ। ਉਹ ਕਹਿੰਦੇ ਤੇਰੀ ਮਰਜ਼ੀ ਚੱਲੂ, ਸਾਡੀ ਮਰਜ਼ੀ ਨਹੀਂ ਚੱਲਣੀ ਉਹ 'ਚ। ਨਾਟਕ ਟੀਮ ਨੇ ਕਹਿਤਾ ਨਾ ਅਸੀਂ ਆਪਣੇ ਮੁਤਾਬਕ ਨਹੀਂ, ਅਸੀਂ ਤੇਰੇ ਮੁਤਾਬਕ ਚੱਲਾਂਗੇ। ਠੀਕ ਆ, ਜਦੋਂ ਮਤਲਬ ਕਿ ਇੱਦਾਂ ਦੀ ਗੱਲ ਤੈਅ ਕਰ ਲਈ ਨਾ, ਤੇ ਹੁਣ ਉਹਨੇ ਦੱਸ ਦਿੱਤਾ ਕਹਿੰਦਾ ਤੁਸੀਂ ਦੋ ਰਾਜੇ ਪਾਤਰ ਬਣਨਾ, ਪਾਤਰ ਤੁਸੀਂ ਦੋ ਜਣਿਆਂ ਨੇ ਰਾਜੇ ਬਣਨਾ ਗਾ। ਇੱਕ ਰਾਜੇ ਦਾ ਉਹਨਾਂ ਨੇ ਨਾਟਕ ਟੀਮ ਨੂੰ ਆਪਣੇ ਵੱਲੋਂ ਇੱਕ ਕਹਾਣੀ ਦਿੱਤੀ, ਇੱਕ ਰਾਜੇ ਦਾ ਨਾਂ ਤੁਸੀਂ ਵਿਵੇਕ ਰੱਖਣਾ ਤੇ ਦੂਜੇ ਰਾਜੇ ਦਾ ਨਾਂ ਰੱਖਣਾ ਤੁਸੀਂ ਮੋਹ, ਦੋ ਨਾਂ ਰੱਖਣੇ ਨੇਗੇ। ਤੇ ਇੱਦਾਂ ਦੀ ਨਾਟਕ ਦੀ ਸਾਰੀ ਦੀ ਸਾਰੀ ਕਾਰਵਾਈ ਉਹਨਾਂ ਨੂੰ ਸਮਝਾਤੀ ਤੇ ਇਹ ਨਾਟਕ ਤੁਸੀਂ ਰਾਜੇ ਅੱਗੇ ਖੇਡਣਾ ਗਾ। ਉਹ ਕਹਿੰਦੇ ਠੀਕ ਆ। ਹੁਣ ਕਹਾਣੀ ਕੀ ਦੱਸੀ ਆ, ਇੱਕ ਰਾਜਾ ਬਣ ਗਿਆ ਸਟੇਜ ਤੇ ਜਿਹਦਾ ਨਾਂ ਰੱਖਿਆ ਵਿਵੇਕ, ਇੱਕ ਰਾਜਾ ਬਣ ਗਿਆ ਜਿਹਦਾ ਨਾਂ ਰੱਖਿਆ ਮੋਹ। ਹੁਣ ਉਹਨਾਂ ਦੋਨਾਂ ਰਾਜਿਆਂ ਦੀ ਲੜਾਈ ਪਵਾਤੀ, ਜਿਹੜਾ ਦ੍ਰਿਸ਼ ਬਣਾ ਕੇ ਦਿੱਤਾ ਨਾ, ਕਹਾਣੀ ਬਣਾ ਕੇ ਦਿੱਤੀ ਆ, ਉਹਨਾਂ ਰਾਜਿਆਂ ਦੀ ਦੋਨਾਂ ਦੀ ਲੜਾਈ ਪਵਾ ਦਿੱਤੀ। ਹੁਣ ਵਿਵੇਕ ਰਾਜਾ ਜਿਹੜਾ ਉਹ ਆਪਣੇ ਵੱਲੋਂ ਦਇਆ, ਧਰਮ, ਸੱਤ, ਸੰਤੋਖ, ਸੰਜਮ ਇਹਨਾਂ ਨੂੰ ਫੌਜ ਦੇ ਰੂਪ ਵਿੱਚ ਭੇਜਦਾ ਗਾ। ਜਿਹੜਾ ਮੋਹ ਆਗਾ ਉਹ ਕਾਮ ਕ੍ਰੋਧ ਲੋਭ ਹੰਕਾਰ ਇਹਨਾਂ ਭਾਵ ਵਿਸ਼ੇ ਵਿਕਾਰਾਂ ਨੂੰ ਆਪਣੇ ਵੱਲੋਂ ਭੇਜਦਾ। ਆਖਰਕਾਰ ਇੱਦਾਂ ਮਾਰ ਲੜਾਈ ਚੱਲਦੀ ਚੱਲਦੀ ਰਾਜਾ ਦੇਖ ਰਿਹਾ ਗਾ, ਆਖਰਕਾਰ ਕੀ ਹੁੰਦਾ ਗਾ, ਮੋਹ ਵਾਲਾ ਰਾਜਾ ਜਿਹੜਾ ਹੈ ਉਹ ਜਿੱਤ ਜਾਂਦਾ। ਮੋਹ ਵਾਲਾ ਰਾਜਾ ਉਹ ਜਿੱਤ ਜਾਂਦਾ। ਮੋਹ ਵਾਲਾ ਰਾਜਾ ਜਦੋਂ ਜਿੱਤ ਜਾਂਦਾ ਨਾ, ਤੇ ਉਸ ਵਕਤ ਉਹਦੇ ਜਿੱਤਣ ਦਾ ਕਾਰਨ ਇਹ ਤੁਸੀਂ ਸਟੇਜ ਤੇ ਸੁਣਾਉਣਾ, ਉਹ ਤਾਂ ਪਤਾ ਹੀ ਲੱਗ ਗਿਆ ਜੋ ਕੁਛ ਕਰਨਾ ਉਹ ਜਿੱਤ ਦਾ ਨਤੀਜਾ, ਜਿੱਤਿਆ ਕਿਉਂ ਉਹ ਤੁਸੀਂ ਗੱਲ ਅੰਕੜੇ ਬਾਅਦ ਵਿੱਚ ਦੱਸਣੀ ਆ। ਜਿਵੇਂ ਮੰਨ ਲਓ ਪਿੰਡਾਂ 'ਚ ਵੋਟਾਂ ਨਹੀਂ ਪੈਂਦੀਆਂ ਗੀਆਂ, ਆਪਾਂ ਸਾਰਿਆਂ ਨੂੰ ਪਤਾ ਹੁੰਦਾ ਵੀ ਫਲਾਨੇ ਦੀ ਹਵਾ ਵੱਧਦਾ, ਫਲਾਨੇ ਮਗਰ ਵੋਟ ਵੱਧਦਾ, ਜਿੱਤ ਕਹਾਉਣਗੇ ਜਿੱਤ ਦੂਜਾ ਗਿਆ ਯਾਰ, ਤੇ ਫਿਰ ਆਪਾਂ ਅੰਕੜੇ ਆਪਾਂ ਖੁੰਡ ਚਰਚਾ ਅੰਕੜੇ ਕੱਢਦੇ ਹਾਂ। ਉਹ ਨਹੀਂ ਭਾਈ, ਉਹ ਧੋਖਾ ਕਰ ਗਏ, ਉਹ ਗਿਣਤੀ ਘੱਟ ਵੱਧ ਕਰ ਗਏ, ਉਹ ਆਪਣੇ ਵੱਲੋਂ ਧੱਕੇ ਨਾਲ ਵੱਧ ਰੁਪਈਏ ਰੁਪਈਏ ਦੇ ਕੇ ਵੋਟਾਂ ਪਵਾ ਗਏ, ਨਹੀਂ ਜਿੱਤਣ ਦੀ ਤਾਂ ਕੋਈ ਚਾਂਸ ਹੀ ਨਹੀਂ ਸੀ, ਆਪਾਂ ਅੰਕੜੇ ਕੱਢਦੇ ਹਾਂ। ਹੁਣ ਜਿਹੜੀ ਉਹ ਟੀਮ ਸੀ ਉਹਨਾਂ ਨੂੰ ਪੁੱਛਿਆ ਵੀ ਮੋਹ ਕਿਉਂ ਜਿੱਤਿਆ, ਉਹਨਾਂ ਨੇ ਦੱਸਿਆ ਕਹਿੰਦੇ ਆਖਰ ਗੱਲ ਇਹ ਆ ਵੀ ਜਿਹੜਾ ਮੋਹ ਆ ਨਾ ਇਹ ਵਿਵੇਕ ਤੇ ਹਾਵੀ ਹੋ ਜਾਂਦਾ ਗਾ। ਵਿਵੇਕ ਤੇ ਜਦੋਂ ਹਾਵੀ ਹੋ ਜਾਂਦਾ ਗਾ ਇਹ ਆਪਣੇ ਵੱਲੋਂ ਇੰਨੇ ਗਲਤ ਚਾਂਸ ਬਣਾਉਂਦਾ ਮੋਹ, ਭਾਵ ਵਿਵੇਕ ਨੂੰ ਦਬਦਾ ਬਹੁਤ ਜ਼ਿਆਦਾ। ਵਿਵੇਕ ਇੱਕ ਵਾਰ ਦੁਨੀਆਂ ਦੇ ਮੁਤਾਬਕ ਦਾਬੀ ਜਾਂਦਾ, ਹਰ ਵੀ ਜਾਂਦਾ, ਪਰ ਆਖਰਕਾਰ ਜਿਹੜੀ ਅਸਲੀਅਤ ਆ ਨਾ, ਜਿਹੜਾ ਵਿਵੇਕ ਆ ਸਿਆਣਾ ਗਾ ਰਾਜਾ, ਉਹ ਦਬਣ ਦੇ ਬਾਵਜੂਦ ਵੀ ਦਬਦਾ ਨਹੀਂ ਹੈ। ਚੇਤਾ ਰੱਖਿਓ, ਇਹ ਮੋਹ ਨੂੰ ਪੁੱਛ ਕੇ ਵੇਖੋ, ਮੋਹ ਰੂਪੀ ਰਾਜੇ ਨੂੰ ਪੁੱਛ ਕੇ ਵੇਖੋ, ਹਰਿਆ ਤੂੰ ਆ ਕਿ ਵਿਵੇਕ, ਇਹ ਮੋਹ ਰੂਪੀ ਰਾਜਾ ਦੱਸੂਗਾ ਮੈਂ ਨਹੀਂ ਜਿੱਤਿਆ, ਜਿੱਤਿਆ ਤਾਂ ਵਿਵੇਕ ਰੂਪੀ ਰਾਜਾ, ਮੈਂ ਤਾਂ ਹਰਿਆ ਵਿਆ, ਮੇਰੇ ਕੋਲ ਤਾਂ ਚਲਾਕੀਆਂ, ਮੇਰੇ ਕੋਲ ਤਾਂ ਧੋਖਾ, ਮੇਰੇ ਕੋਲ ਤਾਂ ਭਾਈ ਬਹੁਤ ਗਲਤ ਗਲਤ ਖਿਆਲ ਨੇ, ਜਿਹਨਾਂ ਕਰਕੇ ਮੈਂ ਇੱਕ ਵਿਵੇਕ ਤੇ ਪਰਦਾ ਪਾਤਾ, ਪਰ ਉਹ ਪਰਦਾ ਸਦਾ ਵਾਸਤੇ ਨਹੀਂ ਪੈਂਦਾ ਗਾ। ਇਹ ਕਹਾਣੀ ਕੀ ਆ, ਰਾਜੇ ਨੂੰ ਸਮਝਾਉਣ ਵਾਸਤੇ। ਹੁਣ ਚੇਤਾ ਰੱਖਿਓ, ਜਿੰਨਾ ਸਿੱਖ ਕੌਮ ਦੇ ਵਿੱਚ ਘਾਣ ਹੋਇਆ,
ਕਾਣ ਹੋਇਆ ਨਾ, ਜਿੰਨਾ ਵੀ ਕਾਣ ਹੋਇਆ, ਜੇ ਆਪਾਂ ਕਹਿੰਦੇ ਹਾਂ ਵੀ ਸਿੱਖਾਂ ਦੀਆਂ 87% ਕੁਰਬਾਨੀਆਂ ਅਤੇ ਸਿੱਖਾਂ ਦੀ ਆਬਾਦੀ 2% ਆ, ਆਬਾਦੀ 2% ਕੁਰਬਾਨੀਆਂ 87%, ਇਹ ਸਾਰਾ ਵਿਵੇਕ 'ਤੇ ਪਰਦਾ ਪਾਇਆ ਗਿਆ ਗਾ, ਲੜਾਈ ਕਰਕੇ, ਗੋਲੀਆਂ ਚਲਾ ਕੇ, ਜੋ ਮਰਜ਼ੀ ਕਰਕੇ, ਭਾਵ ਕੀ ਆ, ਆਖਰਕਾਰ ਵਿਵੇਕ ਦੀ ਇੱਕ ਦਿਨ, ਸੱਚ ਦੀ ਜਿਹਨੂੰ ਆਪਾਂ ਕਹਿ ਦਿੰਦੇ, ਇੱਕ ਦਿਨ ਜਿੱਤ ਹੋ ਜਾਂਦੀ ਆ। ਭਾਵੇਂ ਨੀਹਾਂ ਵਿੱਚ ਬਾਬਾ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਚਿਣੇ ਗਏ, ਪਰ ਜਿੱਤ ਉਹਨਾਂ ਦੀ ਹੋਈ ਆ। ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ, ਕਹਿਣ ਤੋਂ ਭਾਵ ਕੀ ਹੈ, ਰਾਜੇ ਦੇ ਧਿਆਨ ਵਿੱਚ ਗੱਲ ਆ ਗਈ ਵੀ ਮੈਂ ਆਪਣੇ ਜੀਵਨ ਦੇ ਵਿੱਚ ਜਿੰਨੇ ਵੀ ਪਾਪ ਅਤਿਆਚਾਰ ਕਰਦਾ ਹਾਂ ਉਹ ਮੋਹ ਰੂਪੀ ਰਾਜੇ ਪਿੱਛੇ ਲੱਗ ਕੇ ਕਰ ਰਿਹਾ ਹਾਂ, ਅੱਜ ਤੋਂ ਮੋਹ ਰੂਪੀ ਰਾਜੇ ਦਾ ਖਹਿੜਾ ਛੱਡਿਆ ਅਤੇ ਵਿਵੇਕ ਰੂਪੀ ਰਾਜੇ ਨਾਲ ਜਾਰੀ ਪਾ ਲਈ। ਕਹਿਣ ਤੋਂ ਭਾਵ ਰਾਜੇ ਦਾ ਆਪਣੇ ਦਿਮਾਗ ਦੇ ਨਾਲ, ਆਪਣੀ ਸਿਆਣਪ ਦੇ ਨਾਲ ਵਜ਼ੀਰ ਨੇ ਸੁਭਾਅ ਬਦਲ ਦਿੱਤਾ। ਇੱਥੇ ਗੁਰੂ ਸਾਹਿਬ ਜੀ ਕਹਿੰਦੇ ਨੇ, ਕਹਿੰਦੇ ਫਿਰ ਆਪਾਂ ਵੀ ਭਾਈ ਆਪਣੇ ਮਾਲਕ ਪਰਮੇਸ਼ਰ ਗੁਰੂ ਨਾਲ ਜੁੜ ਕੇ ਰਹਿਣਾ ਗਾ। ਬੰਦੇ ਦੀਆਂ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਬਹੁਤ ਵੱਧਦੀਆਂ ਨੇ, ਮੋਹ ਸਾਡੇ 'ਤੇ ਹਾਵੀ ਹੋ ਜਾਂਦਾ ਗਾ, ਦੁਨੀਆਂ ਦੇ ਲੋਕ, ਦੁਨੀਆਂ ਦੀ ਭਾਵ ਰੀਤਾਂ ਨੇ ਸਾਡੇ 'ਤੇ ਹਾਵੀ ਹੋ ਜਾਂਦੀਆਂ ਨੇ, ਪਰ ਆਪਾਂ ਦੁਨੀਆਂ ਦੇ ਸੁਭਾਅ ਨੂੰ ਆਪਣੇ 'ਤੇ ਹਾਵੀ ਨਹੀਂ ਹੋਣ ਦੇਣਾ। ਆਪਾਂ ਜਦੋਂ ਵੀ ਗੱਲ ਸੁਣਨੀ ਆ, ਮੋਹ ਰੂਪੀ ਰਾਜੇ ਦੀ ਗੱਲ ਨਹੀਂ ਸੁਣਨੀ, ਜਦੋਂ ਵੀ ਗੱਲ ਸੁਣਨੀ ਆ ਆਪਾਂ ਉਦੋਂ ਵਿਵੇਕ ਰੂਪੀ ਰਾਜੇ ਦੀ ਗੱਲ ਸੁਣਨੀ ਆ। ਵਿਵੇਕ ਰੂਪੀ ਰਾਜੇ ਦੀ ਗੱਲ ਸੁਣਾਂਗੇ ਜਿੱਤ ਜਾਵਾਂਗੇ, ਅਤੇ ਜੇ ਮੋਹ ਰੂਪੀ ਰਾਜੇ ਦੀ ਗੱਲ ਸੁਣਾਂਗੇ, ਇੱਕ ਵਾਰ ਧਨ ਦੌਲਤ ਦੇ ਮਾਲਕ ਬਣ ਸਕਦੇ ਹਾਂ, ਪਰ ਉਹ ਧਨ ਦੌਲਤ ਕਿਸੇ ਕੰਮ ਨਹੀਂ ਆਉਣਾ। ਪਹਿਲਾਂ ਆਪਾਂ ਬਾਣੀ ਪੜ੍ਹੀ ਸੀ ਨਾ, ਕਹੇ ਕਬੀਰ ਹਮਰਾ ਗੋਬਿੰਦ ਚੌਥੇ ਪਦ ਮੈਂ ਜਨ ਕੀ ਜਿੰਦ। ਚੌਥੇ ਪਦ ਵਿੱਚ ਆਪਾਂ ਆਪਣੀ ਜਿੰਦ ਨੂੰ, ਆਪਣੇ ਦਿਮਾਗ ਨੂੰ, ਸੁਰਤ ਨੂੰ ਇਉਂ ਟਿਕਾ ਸਕਦੇ ਹਾਂ। ਅੱਗੇ ਪਾਤਸ਼ਾਹ ਜੀ ਜ਼ਿਕਰ ਕਰਦੇ ਨੇ, ਸਾਚੀ ਭਗਤ ਕਰਹੀਂ ਦਰ ਜਾਪੈ ਘਰ ਦਰ ਸੱਚਾ, ਸੋਈ ਸੱਚੀ ਭਗਤੀ ਪਾਇਓ ਮਾਲਕ ਦੀ ਪਰਮੇਸ਼ਰ ਦੀ ਕਰਿਆ ਕਰੀਏ। ਨਾਨਕ ਸੱਚਾ ਸੁਹੇਲਾ ਸੱਚ, ਸੱਚਾ ਸੁਹੇਲਾ ਸੱਚਾ ਗੀਤ, ਇਉਂ ਅੰਦਰ ਚੱਲੇਗਾ ਸੱਚ ਬਾਣੀ ਸ਼ਬਦੇ ਹੀ ਸੁੱਖ ਹੋਈ। ਭਾਵ ਸੱਚੀ ਬਾਣੀ ਸ਼ਬਦ ਨਾਲ ਜੁੜ ਕੇ ਅਸੀਂ ਸੁੱਖ ਪ੍ਰਾਪਤ ਕਰ ਸਕਦੇ ਹਾਂ। ਵਿਸ਼ਾ ਕੀ ਸੀ, ਵੀ ਭਾਵ ਅਸੀਂ ਆਪਣੀ ਸੁਰਤ ਰੂਪੀ ਚੌਥੇ ਪਦ ਤੱਕ ਕਿਵੇਂ ਜਾ ਸਕਦੇ ਹਾਂ, ਇਉਂ ਜਾ ਸਕਦੇ ਹਾਂ ਜਿਵੇਂ ਸਿਨੇਮਾ ਘਰ ਦੇ ਵਿੱਚ ਚਿੱਟੇ ਪਰਦੇ 'ਤੇ ਫੋਟੋਆਂ ਚੱਲਦੀਆਂ ਨੇ, ਫਿਲਮ ਚੱਲਦੀ ਆ, ਉਹ ਚਿੱਟਾ ਪਰਦਾ ਸਾਡੀ ਨਿਗਾਹ 'ਚ ਨਹੀਂ ਆਉਂਦਾ। ਨਿਗਾਹ 'ਚ ਆਵੇਗਾ ਕਦੋਂ, ਜਦੋਂ ਉਹ ਫਿਲਮਾਂ ਬੰਦ ਹੋ ਜਾਣਗੀਆਂ, ਤਸਵੀਰਾਂ ਬੰਦ ਹੋ ਜਾਣਗੀਆਂ, ਫਿਰ ਸਾਨੂੰ ਚਿੱਟਾ ਪਰਦਾ ਨਜ਼ਰ ਆ ਜਾ, ਫਿਰ ਹਨੇਰੇ 'ਚ ਵੀ ਨਜ਼ਰ ਆ ਜਾਊਗਾ। ਅਤੇ ਜਿੰਨਾ ਟਾਈਮ ਸਾਡੀ ਸੁਰਤ ਦੇ ਚਿੱਟੇ ਪਰਦੇ ਤੱਕ ਅਸੀਂ ਫਿਲਮਾਂ ਫੋਟੋਆਂ ਖਿਆਲ ਨਹੀਂ ਲਿਜਾਣੋਂ ਹਟਦੇ, ਉਹਨਾਂ ਟਾਈਮ ਸਾਡੀ ਨਜ਼ਰ ਵਿੱਚ ਉਹ ਕਦੇ ਆਵੇਗਾ ਨਹੀਂ। ਬਸ ਜਦੋਂ ਅਸੀਂ ਆਪਣੇ ਖਿਆਲਾਂ 'ਤੇ ਕੰਟਰੋਲ ਕਰ ਲਿਆ, ਫਿਰ ਜ਼ਿੰਦਗੀ ਦੇ ਵਿੱਚ ਅਸੀਂ ਹਮੇਸ਼ਾ ਹਮੇਸ਼ਾ ਦੇ ਲਈ ਵਿਵੇਕ ਰਾਜੇ ਨਾਲ ਜੁੜ ਕੇ ਆਪਣੀ ਜ਼ਿੰਦਗੀ ਨੂੰ ਸਫਲ ਕਰ ਲਵਾਂਗੇ। ਸੋ ਇੱਥੋਂ ਤੱਕ ਅੱਜ ਦੀ ਵਿਚਾਰ ਸਮਾਪਤ ਹੈ। ਬੋਲਦਿਆਂ ਤੋਂ, ਗੁਰੂ ਕੀ ਪਾਵਨ ਬਾਣੀ ਪੜ੍ਹਦਿਆਂ ਤੋਂ ਬੜੀਆਂ ਭੁੱਲਾਂ ਰਹਿ ਜਾਂਦੀਆਂ ਨੇ ਸੰਗਤ ਅਤੇ ਗੁਰੂ ਸਾਹਿਬ ਬਖਸ਼ਣ ਯੋਗ ਨੇ ਸਭ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।